पता ਨਹੀਂ ਐਦਾਂ ਤੇ ਬੜੇ ਝੂਠ ਬੋਲਦੇ ਹੋਣਗੇ ਕਲਾਕਾਰ ਪਤਾ ਨਹੀਂ ਇਹ ਵੀ ਕਹਿੰਦੇ ਨੇ ਕਲਾਕਾਰ ਸ਼ੋਅ ਆਫ ਨਹੀਂ ਕਰਦੇ ਅਸੀਂ ਜਿੰਨੇ ਇਸ ਵੇਲੇ ਸਿੱਧੂ ਦੇ ਜਿਹੋ ਨੰਬਰਸ ਨੇ ਜਾਂ ਉਹਦੀ ਫੋਲੋਇੰਗ ਦੇਖੀ ਹੈ ਆਪਾਂ ਜਿਵੇਂ ਗਲੋਬਲ ਉਹਨੂੰ ਜਾਣਦੇ ਨੇ ਜਾਂ ਸਾਡੇ ਪੰਜਾਬੀ 뮤직 ਨੂੰ ਉਹਦੇ ਕਰਕੇ ਜਾਣਦੇ ਨੇ ਤੇ ਬਿਲਕੁਲ ਸਹੀ ਗੱਲ ਹੈ ਬਹੁਤ ਬਹੁਤ ਸਵਾਗਤ ਕਰਦੇ ਆ ਇਨ ਥਿਸ ਸਪੈਸ਼ਲ ਐਪੀਸੋਡ ਆਫ ਸਰਦਾਰ 9 ਕੁਐਸਚਨਸ ਥੈਂਕ ਯੂ 브ਦਰ ਸੋ ਪਹਿਲਾ ਸਵਾਲ ਹੈ ਪੰਜਾਬੀ ਮਿਊਜ਼ਿਕ ਦੇ ਇਤਿਹਾਸ ਦਾ ਸਭ ਤੋਂ ਬਿਹਤਰੀਨ ਲਿਖਿਆ ਹੋਇਆ ਗੀਤ ਹੈ ਸੱਜਣਾ ਵੇ ਸੱਜਣਾ ਬਾਇ ਗੁਰਦਾਸ ਮਾਨ ਸੱਜਣਾ ਵੇ ਸੱਜਣਾ ਐਂਡ ਕਿਉਂ ਤੁਹਾਨੂੰ ਇਦਾਂ ਲੱਗਦਾ ਹੈ ਵੀ ਉਹ ਗਾਣਾ ਤੋਂ ਵਧੀਆ ਗਾਣਾ ਲਿਖਿਆ ਹੀ ਨਹੀਂ ਗਿਆ ਅਜ ਤੱਕ ਉਹ ਗਾਣਾ ਬੜਾ ਸੌਖਾ ਵੀ ਲਿਖਿਆ ਹੋਇਆ ਤੇ ਉਹ ਜਦੋਂ ਗਾਣੇ ਨੂੰ ਸੁਣੀਦਾ ਤੇ ਜਦੋਂ ਦਾ ਮੈਂ ਉਹ ਗਾਣੇ ਨੂੰ ਸੁਣਦਾ ਉਹ ਗਾਣਾ ਕਦੇ ਪੁਰਾਣਾ ਨਹੀਂ ਹੋਇਆ ਭਾਵੇਂ 100 ਵਾਰੀ ਰਿਪੀਟ ਤੇ ਸੁਣ ਲਓ ਭਾਵੇਂ ਉਹਨੂੰ ਜਦੋਂ ਮਰਜ਼ੀ ਸੁਣ ਲਓ ਐਂਡ ਤੁਹਾਨੂੰ ਪਤਾ ਹੈ ਇੰਡਸਟਰੀ ਵਿੱਚ ਬਹੁਤ ਸਾਰੇ ਲੋਕਾਂ ਨੂੰ ਇਦਾਂ ਲੱਗਦਾ ਹੈ ਕਿ ਉਹ ਗਾਣਾ ਤੋਂ ਵਧੀਆ ਗਾਣੇ ਅਜੇ ਤੱਕ ਲਿਖਿਆ ਨਹੀਂ ਗਿਆ ਕਿਉਂਕਿ ਇਹ ਸਵਾਲ ਮੈਂ ਦੋ ਹੋਰ ਬੰਦਿਆਂ ਤੋਂ ਵੀ ਪੁੱਛਿਆ ਸੀ ਉਹਨਾਂ ਨੇ ਵੀ ਆਹੀ ਜਵਾਬ ਦਿੱਤਾ ਸੀ ਵਾਹ ਅਗਲਾ ਸਵਾਲ ਹੈ ਕਿਹੜੇ ਗਾਇਕ ਦੇ ਮੂੰਹੋਂ ਬੰਟੀ ਬੈਂਸ ਦੇ ਲਿਖੇ ਬੋਲ ਸਭ ਤੋਂ ਜ਼ਿਆਦਾ ਫੱਬਦੇ ਨੇ ਮੈਨੂੰ ਲੱਗਦਾ ਹੈ ਕਿ ਜਿੰਨੇ ਮੈਂ ਗਾਣੇ ਲਿਖਨੇ ਉਹ ਮੈਂ ਆਪਣੇ ਤਰੀਕੇ ਨਾਲ ਹੀ ਸੌਖੇ ਜਿਹੇ ਗਾਣੇ ਹੁੰਦੇ ਨੇ ਤੇ ਆਪਣੇ ਤਰੀਕੇ ਨਾਲ ਹੀ ਗਵਾਏ ਨੇ ਸਾਰਿਆਂ ਤੋਂ ਜਿਨਿਆਂ ਨੇ ਗਾਏ ਨੇ ਸਾਰਿਆਂ ਦੇ ਮੂੰਹ ਚੰਗੇ ਹੀ ਲੱਗਦੇ ਨੇ ਜ਼ਿਆਦਾਤਰ ਗਾਣੇ ਨੇ ਜਿਹੜੇ ਉਹ ਆਪਣੇ ਤਰੀਕੇ ਨਾਲ ਆਪਣੇ ਕਲਾਕਾਰਾਂ ਤੋਂ ਹੀ ਗਵਾਏ ਨੇ ਤੇ ਉਹ ਵਧੀਆ ਲੱਗੇ ਨੇ ਜੇ ਕਿਸੇ ਹੋਰ ਕਲਾਕਾਰ ਨਾਲ ਵੀ ਕੋਈ ਗਾਣਾ ਕੀਤਾ ਤਾਂ ਉਹ ਵੀ ਉਹ ਕਲਾਕਾਰ ਦਾ ਥੋੜਾ ਜਿਹਾ ਆਡਰ ਹੈ ਤੇ ਮਤਲਬ ਉਹਦੇ ਰੂਟੀਨ ਵਾਲੇ ਗਾਣਿਆਂ ਨਾਲੋਂ ਥੋੜਾ ਜਿਹਾ ਵੱਖਰਾ ਜਾਂ ਪਹਿਲੀ ਵਾਰੀ ਉਦਾਂ ਦਾ ਗਾਣਾ ਕਰਨ ਦੀ ਟਰਾਈ ਕੀਤੀ ਹੈ ਤੇ ਉਹ ਵਧੀਆ ਲੱਗਿਆ ਜਿਵੇਂ ਅਮਰਿੰਦਰ ਗਿੱਲ ਹੋਣਾ ਦਾ ਪਹਿਲਾ ਡਿਊਟ ਗਾਣਾ ਸੀਗਾ ਬੱਦਲਾਂ ਦੇ ਕਾਲ ਜੇ ਅਮਰਿੰਦਰ ਗਿੱਲ ਹੋਣਾ ਤਿੰਨ ਮਰਖਿਆ ਹੋਣਾ ਦਾ ਤੇ ਉਹ ਉਹਨਾਂ ਦਾ ਪਹਿਲਾ ਡਿਊਟ ਸੀਗਾ ਉਦਾਂ ਦਾ ਉਹ ਵਧੀਆ ਲੱਗਿਆ ਜਾਂ ਫਿਰ ਜਿਵੇਂ ਰੌਸ਼ਨ ਪ੍ਰਿੰਸ ਦੇ ਗਾਣੇ ਪਹਿਲਾਂ ਉਹਨਾਂ ਦੇ ਸਟਾਈਲ ਦੇ ਸੀਗੇ ਜਿਹੜੇ ਉਸ ਤੋਂ ਬਾਅਦ ਫਿਰ ਮਿਸਟਰ ਪਿੰਡੂ ਰੌਸ਼ਨ ਪ੍ਰਿੰਸ ਉਹਨਾਂ ਨਾਲ ਕੀਤਾ ਸੀ। ਨਹੀਂ ਮੈਂ ਦੋ ਪੈਗ ਲਾ ਕੇ ਸੌਂ ਜਾਵਾਂ ਨਿਕ ਮੋਟਰ ਤੇ। ਜਿਆ ਡਿਸਟ੍ਰਿਕਟ ਸੰਗਰੂਰ। ਤੁਸੀਂ ਨਹੀਂ ਸ਼ਹਿਰ ਤੋਂ ਮਦੀਨ ਜੱਟ ਸੰਗਰੂਰੋਂ ਪਿੰਡ ਨੂੰ ਜਾਵੇ। ਤੇ ਉਹ ਅਲੱਗ ਸੀਗਾ ਥੋੜਾ ਜਾਂ ਤੇ ਤਾਂ ਕਰਕੇ ਮੈਨੂੰ ਲੱਗਦਾ ਵੀ ਮੇਰੇ ਗਾਣੇ ਚੰਗੇ ਲੱਗਦੇ ਨੇ ਮੈਨੂੰ ਤਾਂ ਜਿੰਨੇ ਵੀ ਤੁਸੀਂ ਦੇ ਦੇ ਹੀ ਮਤਲਬ ਆਪਣਾ ਗੀਤ ਉਹਨੂੰ ਉਹ ਜਿਹਦੇ ਟੇਸਟ ਦੇ ਨਾਲੋਂ ਮੈਚ ਕਰਦਾ ਜਾਂ ਨਹੀਂ ਐਦਾਂ ਨਹੀਂ ਕਿ ਉਹਨੂੰ ਦਿਨਾਵਾ ਜਿਹਦੇ ਟੇਸਟ ਨਾਲ ਮੈਚ ਕਰਦਾ ਜਿਵੇਂ ਦੀ ਆਵਾਜ਼ ਚ ਚੰਗਾ ਲੱਗੇ ਉਸ ਤਰੀਕੇ ਦਾ ਹੀ ਬਣਾ ਲਈਦਾ ਸਰ ਸੋ ਮਤਲਬ ਤੁਹਾਡੇ ਜ਼ਿਹਨ ਦੇ ਵਿੱਚ ਕਿਤੇ ਨਾ ਕਿ ਤਾਂ ਹੁੰਦਾ ਹੈ ਜਦੋਂ ਤੁਸੀਂ ਗਾਣਾ ਲਿਖਦੇ ਹੋ ਵੀ ਆ ਗਾਣਾ ਇਸ ਗਾਇਕ ਕੋਲ ਜਾਏਗਾ ਤਾਂ ਨਹੀਂ ਨਹੀਂ ਨਾ ਤਾਂ ਲਿਖਿਆ ਤਾਂ ਹੁੰਦਾ ਨਹੀਂ ਕਦੇ ਕੋਈ ਅੱਛਾ ਪਹਿਲਾਂ ਤੁਸੀਂ ਜਿਵੇਂ ਹੁਣ ਵੀ ਕੋਈ ਗਾਣਾ ਤਾਂ ਲਿਖਿਆ ਨਹੀਂ ਹੋਇਆ ਜਦੋਂ ਕਿਸੇ ਕਲਾਕਾਰ ਦਾ ਗਾਣਾ ਬਣਾਉਣਾ ਹੁੰਦਾ ਹੈ ਤਾਂ ਉਸੇ ਵੇਲੇ ਮਣਾਈਦਾ ਆਰਟਿਸਟ ਨੂੰ ਬੁਲਾ ਕੇ ਤੇ ਉਦੋਂ ਹੀ ਬਣਾਈਦਾ ਪਰ ਕਈ ਵਾਰ ਕਈ ਤਾਂ ਇਦਾਂ ਵੀ ਕਰ ਲਿਖਦੇ ਨੇ ਵੀ ਗਾਣੇ ਬੜੇ ਸਾਰੇ ਲਿਖ ਲਏ ਆ ਉਹ ਤੋਂ ਬਾਅਦ ਆਰਟਿਸਟ ਨੂੰ ਸੁਣਾਤੇ ਚਾਰ ਪੰਜ ਜਿਹੜਾ ਉਹਨੂੰ ਵਧੀਆ ਲੱਗਾ ਉਹਨੇ ਚੱਕ ਲਿਆ ਹਾਂ 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 ਬਹੁਤ ਸਾਰੇ ਪਹਿਲਾਂ ਇੱਕ ਐਦਾਂ ਹੀ ਕਰਦੇ ਸੀਗੇ ਸਾਰੇ ਪਰ ਮੈਂ ਐਦਾਂ ਨਹੀਂ ਲਿਖਿਆ ਕਦੇ ਅੱਛਾ ਤੁਸੀਂ ਨਾਮ ਦੇ ਨਾਲ ਹਾਂਜੀ ਨਾਲ ਦੇ ਨਾਲ ਹੀ ਸਤਿੰਦਰ ਸਰਤਾਜ ਅਰਜਨ ਢਿੱਲੋਂ ਹੈਪੀ ਰਾਏ ਕੋਟੀ ਜਾਂ ਜਾਨੀ ਅੱਜ ਦੀ ਜਨਰੇਸ਼ਨ ਦਾ ਸਭ ਤੋਂ ਉੱਚੇ ਦਰਜੇ ਦਾ ਗੀਤਕਾਰ ਹੈ ਸਾਰੇ ਵਧੀਆ ਨੇ ਸਾਰੇ ਵਧੀਆ ਨੇ ਸਾਰੇ ਆਪਣੇ ਆਪਣੇ ਜਾਨਰ ਚ ਕਮਾਲ ਦਾ ਲਿਖਦੇ ਨੇ ਭਾਵੇਂ ਸਰਤਾਜ ਹੁਣੀ ਨੇ ਭਾਵੇਂ ਅਰਜਨ ਢਿੱਲੋਂ ਆ ਭਾਵੇਂ ਸਿੱਧੂ ਦੇ ਗਾਣੇ ਨੇ ਭਾਵੇਂ ਕਰਨ ਔਜਲੇ ਦੇ ਨੇ ਭਾਵੇਂ ਹੈਪੀ ਰਾਏ ਗੋਟੀ ਆ ਭਾਵੇਂ ਨਰਿੰਦਰ ਬਾਟ ਹੈ ਭਾਵੇਂ ਜਾਨੀ ਆ ਇੰਨੇ ਆਪਸ਼ਨਸ ਭਾਵੇਂ ਮੈਂ ਆ ਸਾਰੇ ਆਪਣੇ ਆਪਣੇ ਸਟਾਈਲ ਚ ਵਧੀਆ ਨੇ ਇੰਨੇ ਆਪਸ਼ਨਸ ਤੇ ਅਸੀਂ ਨਹੀਂ ਸੰਦਿੱਤੇ ਜਿੰਨੇ ਤੁਸੀਂ ਦੇ ਦਿੱਤੇ ਆ ਨਹੀਂ ਨਹੀਂ ਹੋਰ ਵੀ ਕਿੰਨੇ ਆਪਸ਼ਨਸ ਹੋਣਗੇ ਹੋਰ ਹੋਰ ਕਿੰਨੇ ਹੋਰ ਵੀ ਵੀਰ ਸਿੰਘ ਐ ਸਾਰਿਆਂ ਦਾ ਆਪਣਾ ਆਪਣਾ ਜਾਨਰ ਆਪਣਾ ਆਪਣਾ ਸਟਾਈਲ ਰਾਜ ਰਣਜੋਦ ਐ ਕਿੰਨੇ ਨਾਮ ਰਹਿ ਜਾਣਗੇ ਜਿਨ੍ਹਾਂ ਨੇ ਨੰਬਰ ਕੱਟ ਲਿਖੇ ਨੇ ਬਸ ਸਾਰੇ ਪੀਸ ਨੇ ਆਪਣੇ ਆਪ ਚ ਹਾਂ ਹਾਂ ਬੜਾ ਕਮਾਲ ਦੇ ਕਈ ਤਾਂ ਐਦਾਂ ਦੇ ਵੀ ਗਾਣੇ ਨੇ ਕਈ ਗੀਤਕਾਰਾਂ ਦੇ ਜਿਨ੍ਹਾਂ ਦੇ ਬਹੁਤ ਕੱਟ ਗਾਣੇ ਆਏ ਹੋਣਗੇ 1 1 2 2 4 4 5 5 ਵੀ ਹੋਣਗੇ ਬੜੇ ਕਮਾਲ ਦੇ ਗਾਣੇ ਨੇ ਸੋ ਹੁਣ ਵੀ ਵਧੀਆ ਲਿਖਦੇ ਨੇ ਪਹਿਲਾਂ ਵੀ ਜਿੰਨੇ ਸਾਡੇ ਪੰਜਾਬੀ ਦੇ ਲਿਰਸਿਸਟ ਨੇ ਕਮਾਲ ਕੀਤੀ ਉਹਨਾਂ ਨੇ ਸਾਰਿਆਂ ਨੇ ਚਾਹੇ ਗੁਰਦਾਸ ਮਾਨ ਸਾਹਿਬ ਨੇ ਚਾਹੇ ਚਮਕੀਲੇ ਹੁਣੀ ਨੇ ਭਾਵੇਂ ਦਿਦਾਰ ਸੰਧੂ ਆ ਭਾਵੇਂ ਬਾਬੂ ਸਿੰਘ ਮਾਨ ਹੁਣੀ ਨੇ ਦੇਵ ਤ੍ਰਿਕੇ ਵਾਲਾ ਸਾਹਿਬ ਨੇ ਜਾਂ ਕਈ ਨਾਮ ਐਦਾਂ ਦੇ ਜਿਹੜੇ ਲੋਕਾਂ ਨੂੰ ਵੀ ਨਹੀਂ ਪਤਾ ਹੁੰਦੇ ਉਹਨਾਂ ਦੇ ਗਾਣੇ ਸੁਨੇ ਹੁੰਦੇ ਨੇ ਦੇਵੀ ਬਾਜੀ ਨੇ ਜਿਵੇਂ ਸੋ ਕਮਾਲ ਦਾ ਕਮਾਲ ਦੇ ਗੀਤਕਾਰ ਨੇ ਸਾਰੇ ਸੋ ਇੱਕ ਜਵਾਬ ਸਾਨੂੰ ਨਹੀਂ ਮਿਲੇਗਾ ਇੱਕ ਜਵਾਬ ਤੇ ਔਖਾ ਲੈਣਾ ਓਕੇ ਇੱਕ ਅੱਖਰ ਜੋ ਪੰਜਾਬੀ ਗੀਤਾਂ ਵਿੱਚੋਂ ਬੈਨ ਹੋ ਜਾਣਾ ਚਾਹੀਦਾ ਹੈ ਇੰਨਾ ਜ਼ਿਆਦਾ ਸਭ ਨੇ ਉਹ ਅੱਖਰ ਬੋਲ ਲਿਆ ਨਹੀਂ ਉਹ ਟਾਈਮ ਦੇਸ ਮੈਨੂੰ ਲੱਗਦਾ ਵੀ ਟਾਈਮ ਦੇ ਨਾਲ ਆਪਣੇ ਆਪ ਹੀ ਰਿਪਲੇਸ ਹੁੰਦੇ ਰਹਿੰਦੇ ਨੇ ਅੱਖਰ ਤੇ ਉਹ ਜਿਹੜੀ ਚੇਂਜ ਹੁੰਦੀ ਰਹਿੰਦੀ ਹੈ ਸ਼ਬਦਾਵਲੀ ਗਾਣਿਆਂ ਚੋ ਸੋ ਅੱਜ ਤੋਂ 20 ਸਾਲ ਪਹਿਲਾਂ ਹੋਰ ਤਰ੍ਹਾਂ ਦੇ ਸ਼ਬਦ ਸੀਗੇ 10 ਸਾਲ ਪਹਿਲਾਂ ਹੋਰ ਤਰ੍ਹਾਂ ਦੇ 5 ਸਾਲ ਪਹਿਲਾਂ ਹੋਰ ਤਰ੍ਹਾਂ ਦੇ ਹੁਣ ਹੋਰ ਤਰ੍ਹਾਂ ਦੇ ਸ਼ਬਦ ਆਉਂਦੇ ਨੇ ਸੋ ਇਦਾਂ ਦਾ ਮੈਂ ਤੇ ਕਿਉਂ ਕਹਿਣਾ ਕਿਸੇ 2-4 ਜਾਣਿਆਂ ਦੇ ਗਾਣਿਆਂ 'ਚ ਓਦਾਂ ਦੇ ਸ਼ਬਦ ਹੋਣ ਉਹਨਾਂ ਨੇ ਬੁਰਾ ਮਨਾ ਜਾਣੇ ਨਹੀਂ ਤੇ ਉਂਝ ਕੋਈ ਐਗਜ਼ਾਮਪਲ ਤੁਸੀਂ ਦੇ ਸਕਦੇ ਹੋ ਵੀ ਜਿਵੇਂ ਇੱਕ ਅੱਖਰ ਪਹਿਲਾਂ ਆਉਂਦਾ ਸੀ ਤੇ ਹੁਣ ਉਹ ਨਹੀਂ ਆਉਂਦਾ ਟਾਈਮ ਦੇ ਨਾਲ ਉਹਦਾ ਲਾਈਕ ਕੋਈ ਰਿਪਲੇਸਮੈਂਟ ਮਿਲ ਗਿਆ ਨਹੀਂ ਨਹੀਂ بڑے-बड़े ਉਹ ਜਿਵੇਂ ਸਾਡੀ ਜੋ ਰੋਜ਼ਾਨਾ ਜਿਵੇਂ ਅਸੀਂ ਆਪਸ 'ਚ ਜਿਵੇਂ ਗੱਲਾਂ ਕਰਦੇ ਆਂ ਤਾਂ ਉਹਦੇ ਚੋਂ ਗਾਣੇ ਬਣਦੇ ਨੇ ਸੋ ਪਹਿਲਾਂ ਜਿਵੇਂ ਗੱਲ ਕਰਦੇ ਸੀਗੇ ਜੇ ਚਮਕੀਲਾ ਕਦੇ ਕਾਲਜ ਨਹੀਂ ਗਿਆ ਤਾਂ ਉਹਨੇ ਕਾਲਜ ਦੀ ਤੇ ਗੱਲ ਲਿਖੀ ਨਹੀਂ ਕਦੇ ਸੋ ਅਸੀਂ ਲਿਖਣ ਵਾਲਾ ਬੰਦਾ ਜੋ ਅਸੀਂ ਆਪਸ ਵਿੱਚ ਗੱਲਾਂ-ਵਾਤਾਂ ਜਿਵੇਂ ਨਹੀਂ ਕਰਦੇ ਆਂ ਓਵੇਂ ਦੀਆਂ ਗਾਣਿਆਂ 'ਚ ਹੁੰਦੀਆਂ ਨੇ ਸੋ ਪਹਿਲਾਂ ਜਿਵੇਂ ਅਸੀਂ ਗੱਲਾਂ ਕਰਦੇ ਸੀ ਜਿਵੇਂ ਸਲੈਂਗ ਹੁੰਦਾ ਸੀ ਸਾਡਾ ਅਸੀਂ ਓਵੇਂ ਦੇ ਗਾਣੇ ਲਿਖਦੇ ਸੀ ਹੁਣ ਜਿਵੇਂ ਗੱਲਾਂ ਕਰਦੇ ਆਂ ਅਸੀਂ ਓਵੇਂ ਦੇ ਲਿਖਦੇ ਆਂ ਇੱਕ ਝੂਠ ਜੋ ਹਰ ਪੰਜਾਬੀ ਆਰਟਿਸਟ ਬੋਲਦਾ ਹੈ ਨਹੀਂ ਐਦਾਂ ਵੀ ਕਹਿਣਾ ਔਖਾ ਹੈ ਤੁਸੀਂ ਜ਼ਿਆਦਾ ਡਿਪਲੋਮੈਟਿਕ ਜਵਾਬ ਦੇ ਰਹੇ ਨਹੀਂ 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 ਏਦਾਂ ਤੇ ਨਹੀਂ ਏਦਾਂ ਤੇ ਬੜੇ ਝੂਠ ਬੋਲਦੇ ਹੋਣਗੇ ਕਲਾਕਾਰ ਬੱਸ ਹੁਣ ਇੱਕਦਾਂ ਪਤਾ ਨਹੀਂ ਇਹ ਵੀ ਕਹਿੰਦੇ ਨੇ ਕਲਾਕਾਰ ਸ਼ੋਅ ਆਫ ਨਹੀਂ ਕਰਦੇ ਅਸੀਂ ਤੇ ਇਹ ਵੀ ਕਹਿੰਦੇ ਨੇ ਵੀ ਯਾਰ ਨਹੀਂ ਨਹੀਂ ਪੈਸੇ ਬੂਸੇ ਬਾਰੇ ਨਹੀਂ ਆਪਾਂ ਏਦਾਂ ਕੇਅਰ ਨਹੀਂ ਹੈਗੀ ਆਪਾਂ ਨੂੰ ਤੇ ਆਪਾਂ ਤੇ ਆਪਣੀ ਸੈਟੀਸਫੈਕਸ਼ਨ ਸੈਟੀਸਫੈਕਸ਼ਨਲੀ ਚੀਜ਼ਾਂ ਕਰਦੇ ਆਂ ਪਰ ਮੈਨੂੰ ਲੱਗਦਾ ਕਿ ਏਦਾਂ ਨਹੀਂ ਹੁੰਦੀਆਂ ਚੀਜ਼ਾਂ ਸੋ ਪ੍ਰੈਕਟੀਕਲ ਹੋਣਾ ਚਾਹੀਦਾ ਸਾਨੂੰ ਜੇ ਅਸੀਂ ਸੱਚ ਵੀ ਬੋਲਾਂਗੇ ਤੇ ਉਹਦੇ ਨਾਲ ਕੋਈ ਨੁਕਸਾਨ ਨਹੀਂ ਹੋਣਾ ਸੋ ਝੂਠ ਬੋਲ ਕੇ ਕੋਈ ਫਾਇਦਾ ਨਹੀਂ ਹੋਣਾ ਜੇ ਅਸੀਂ ਸੱਚ ਬੋਲ ਕੇ ਚੀਜ਼ਾਂ ਕਰਦੇ ਆਂ ਤੇ ਕੋਈ ਨੁਕਸਾਨ ਨਹੀਂ ਹੁੰਦਾ ਉਹਦਾ ਭਾਵੇਂ ਉਹ ਕਿਤੇ ਵੀ ਹੋਵੇ ਭਾਵੇਂ ਤੁਹਾਡੀ ਪਰਸਨਲ ਲਾਈਫ 'ਚ ਹੋਵੇ ਭਾਵੇਂ ਤੁਹਾਡੇ ਪਰਿਵਾਰ 'ਚ ਹੋਵੇ ਪਰ ਇਹਨਾਂ 'ਚ ਕਈ ਝੂਠ ਤੇ ਇਹੋ ਜਿਹੇ ਨੇ ਜਿਹੜੇ ਸਿਰਫ ਗਾਣਿਆਂ 'ਚ ਹੀ ਹੁੰਦੇ ਆ ਉਹਨਾਂ ਨੂੰ ਵੀ ਪਤਾ ਸੀ ਝੂਠ ਹੀ ਬੋਲਣ ਦੇ ਬਟ ਫਿਰ ਵੀ ਬੋਲਣ ਦੇ ਹਾਂ 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 ਫੁਕਰੀ ਵਾਲੀਆਂ ਗੱਲਾਂ ਕਈ ਵਾਰੀ ਹੁੰਦੀਆਂ ਨੇ ਬੰਦਾ ਕਹਿੰਦਾ ਯਾਰ ਨਹੀਂ ਮੈਂ ਨਹੀਂ ਫੁਕਰੀ ਮਾਰਦਾ ਪਰ ਉਹ ਪਤਾ ਨਹੀਂ ਜ਼ਿਆਦਾ ਬੰਦੇ ਨੂੰ ਪਤਾ ਨਹੀਂ ਲੱਗਦਾ ਹੁੰਦਾ ਜਾਂ ਬੰਦਾ ਕਹਿੰਦਾ ਹੁੰਦਾ ਕਿ ਸ਼ਾਇਦ ਮੈਂ ਕਵਰ ਕਰ ਲਾਂ ਤਾਂ ਕਹਿ ਕੇ ਐਂਡ ਆਈ ਥਿੰਕ ਉਹ ਨੈਚੁਰਲੀ ਹੁੰਦਾ ਪੰਜਾਬੀ ਪੰਜਾਬੀਆਂ ਥੋੜਾ ਜਿਆਦਾ ਆਪਣੀਆਂ ਸਾਰਿਆਂ ਤੇ ਲਾਗੂ ਹੁੰਦੀਆਂ ਨੇ ਆਪਣੇ ਆਪ ਤੇ ਗੱਲਾਂ ਇਹ ਮੈਂ ਇਹ ਕਿਸੇ ਹੋਰ ਦੀ ਗੱਲ ਨਹੀਂ ਕਰਦਾ ਮੈਂ ਆਪਣੀ ਗੱਲ ਵੀ ਕਰੂੰਗਾ ਸਾਡੇ ਸਾਰਿਆਂ ਤੇ ਲਾਗੂ ਹੁੰਦੀਆਂ ਨੇ ਗੱਲਾਂ ਹੂ ਇਜ਼ ਦਾ బిਗੇਸਟ ਪੰਜਾਬੀ 뮤ਜ਼ਿਕ ਸਟਾਰ ਰਾਈਟ ਨਾਓ ਇਸ ਵੇਲੇ ਕਾਫੀ ਜ਼ਿਆਦੇ ਨੇ ਵੈਸੇ ਤੇ ਬੜਾ ਵਧੀਆ ਸਾਡੇ ਪੰਜਾਬੀ 뮤ਜ਼ਿਕ ਚ ਕਿੰਨੇ ਕਿੰਨੇ ਆਰਟਿਸਟ ਨੇ ਜਿਹੜੇ ਸਾਡੇ 뮤ਜ਼ਿਕ ਨੂੰ ਗਲੋਬਲ 뮤ਜ਼ਿਕ ਦੇ ਨੇੜੇ ਤੇੜੇ ਲੈ ਕੇ ਜਾ ਰਹੇ ਨੇ ਤੇ ਮੈਨੂੰ ਐਦਾਂ ਲੱਗਦਾ ਕਿ ਜਿਹੜਾ ਅਗਲਾ ਗਲੋਬਲ ਗਲੋਬਲ 스타 ਹੋਊਗਾ ਉਹ ਪੰਜਾਬੀ ਹੋਊਗਾ ਮੈਨੂੰ ਪੂਰੀ ਉਮੀਦ ਹੈ ਪਰ ਉਹ ਕੋਈ ਵੀ ਹੋਵੇ ਪਤਾ ਨਹੀਂ ਕੌਣ ਹੋਊਗਾ ਪਰ ਜਿਹੜਾ ਇਸ ਵੇਲੇ ਤੁਸੀਂ ਵੱਡਾ 스타 ਜੇ ਆਪਾਂ ਕਿਸੇ ਨੂੰ ਕਹੀਏ ਜਿਹੜਾ ਕੰਪਲੀਟ ਹੋਵੇ ਸਾਰੀਆਂ ਚੀਜ਼ਾਂ ਚ ਐਂਟਰਟੇਨਰ ਦਿਲਜੀਤ ਦੋਸਾਂਝ ਤੇ ਜਿਹੜੀ ਅੱਜ ਦੀ ਮਤਲਬ ਤੁਸੀਂ ਜਿਵੇਂ ਕਹਿ ਰਹੇ ਹੋ ਵੀ ਤੁਹਾਨੂੰ ਲੱਗ ਰਿਹਾ ਕਿ ਅਗਲਾ ਜਿਹੜਾ ਗਲੋਬਲ 스타 ਹੋਏਗਾ ਉਹ ਪੰਜਾਬੀ ਆਰਟਿਸਟ ਹੋਏਗਾ 100% ਸੋ ਜੇ ਅੱਜ ਦੇ ਜਿਹੜੇ ਆਰਟਿਸਟ ਨਿਕਲੋ ਜਿਹੜੇ ਨਵੇਂ ਮੁੰਡੇ ਜੇ ਉਹਨਾਂ 'ਚ ਤੁਹਾਨੂੰ ਇੱਕ ਤੇ ਉਸ ਤੁਸੀਂ ਬੈਟ ਲਾਣਾ ਚਾਹੋ ਵੀ ਹਾਂ ਇਹਦੇ ਮੈਨੂੰ ਲੱਗਦਾ ਹੈ ਵੀ this guy can be a big star ਨਹੀਂ ਐਦਾਂ ਕੁਝ ਨਹੀਂ ਕਹਿ ਸਕਦੇ ਪਤਾ ਨਹੀਂ ਲੱਗਣਾ ਕਿ ਇਹਨੇ ਬਣ ਜਾਣਾ ਗਲੋਬਲ 스타 ਨਹੀਂ ਤੁਹਾਨੂੰ ਕਿਹਦੇ 'ਚ ਦਿਸ ਰਿਹਾ ਬਿਕੋਜ਼ ਤੁਸੀਂ ਬ੍ਰਾਂਡ ਬੀ ਚਲਾਉਂਦੇ ਹੋ ਸੋ ਬਹੁਤ ਸਾਰੇ ਆਰਟਿਸਟਾਂ ਨਾਲ ਤੁਹਾਡਾ ਰਾਬਤਾ ਹੁੰਦਾ ਹੈ ਨਹੀਂ ਮੈਨੂੰ ਮੈਨੂੰ ਤਾਂ ਮੈਂ ਜਿਵੇਂ ਨਾਮ ਲਿਆ ਹੀ ਆ ਸੋ ਤਿੰਨ ਚਾਰ ਤਾਂ ਤਿੰਨ ਚਾਰ ਜਾਂ ਪੰਜ ਮੁੰਡੇ ਤਾਂ ਸਾਡੇ ਪਹਿਲਾਂ ਹੀ ਗਲੋਬਲ ਮਿਊਜ਼ਿਕ ਦੇ ਨੇੜੇ ਤੇ ਜਿਹੜੇ ਪਹੁੰਚੇ ਹੋਏ ਨੇ ਸੋ ਉਹਨਾਂ ਤੋਂ ਇਲਾਵਾ ਵੀ ਮੈਨੂੰ ਐਦਾਂ ਲੱਗਦਾ ਕਿ ਕੋਈ ਪਤਾ ਨਹੀਂ ਕਿਹੜੇ ਵੇਲੇ ਅੱਜ ਦੀ ਡੇਟ ਤੇ ਸਾਨੂੰ ਪਤਾ ਨਹੀਂ ਕਿਹੜੇ ਵੇਲੇ ਇਹ ਨਹੀਂ ਪਤਾ ਪਰਸੋਂ ਨੂੰ ਕੋਈ ਗਾਣਾ ਆਉਣਾ ਹੈ ਤੇ ਉਹਦਾ ਫਿਰ 10 ਦਿਨ ਬਾਅਦ ਗਾਣਾ ਆਉਣਾ ਹੈ ਉਹਦਾ ਫਿਰ 20 ਦਿਨਾਂ ਬਾਅਦ ਗਾਣਾ ਆਉਣਾ ਹੈ ਉਹਨੇ ਐਦਾਂ ਐਦਾਂ ਕਰਕੇ ਜਾਣਾ ਤੇ ਉੱਤੇ ਪੀਸੀ ਤੇ ਬਹਿ ਜਾਣਾ ਸੋ ਇਹ ਕੁਝ ਨਹੀਂ ਪਤਾ ਪਰ ਹੋਊਗਾ ਪੰਜਾਬੀ ਆਰਟਿਸਟ ਗਲੋਬਲ ਸਟਾਰ ਇੱਕ ਵਿਸ਼ਾ ਜਿਸ ਬਾਰੇ ਚਾਹ ਕੇ ਵੀ ਬੰਟੀ ਬੈਂਸ ਗੀਤ ਨਹੀਂ ਲਿਖ ਸਕਦੇ ਐਦਾਂ ਦਾ ਕੋਈ ਵਿਸ਼ਾ ਨਹੀਂ ਹੈ ਗੀਤ ਨਹੀਂ ਲਿਖ ਸਕਦਾ ਇਦਾਂ ਦਾ ਕੋਈ ਵਿਸ਼ਾ ਨਹੀਂ ਹੈ ਅਸੀਂ ਸਾਰੇ ਵਿਸ਼ਿਆਂ ਤੇ ਲਿਖਣ ਵਾਲਾ ਬੰਦਾ ਹਰ ਇੱਕ ਵਿਸ਼ੇ ਤੇ ਲਿਖ ਸਕਦਾ ਸੋ ਜੇ ਤੁਸੀਂ ਮੇਰਾ ਨਾਮ ਲੈ ਕੇ ਪੁੱਛਦੇ ਹੋ ਤੇ ਮੈਨੂੰ ਲੱਗਦਾ ਵੀ ਉਹ ਵੱਖਰੀ ਗੱਲ ਹੈ ਕਿ ਉਹ ਚੀਜ਼ ਨੂੰ ਰਿਕਾਰਡ ਨਾ ਕਰੀਏ ਪਰ ਅਸੀਂ ਰੁਟੀਨ ਦੇ ਵਿੱਚ ਜਿਵੇਂ ਮਿੱਤਰਾਂ ਦੋਸਤਾਂ ਚ ਬੈਠੇ ਹਰ ਇੱਕ ਵਿਸ਼ੇ ਤੇ ਕਈ ਵਾਰੀ ਉਦਾਂ ਹੀ ਉਦਾਂ ਹੀ ਗੱਲਾਂ ਗੱਲਾਂ ਚ ਵੀ ਕਈ ਵਾਰੀ ਡਰਾਈਵ ਤੇ ਜਾਂਦੇ ਵੀ ਕੋਈ ਗੱਲ ਤੋਰ ਕੇ ਉਹਦੇ ਤੇ ਗਾਣੇ ਬਣਾ ਲੈਨੇ ਹੁੰਨੇ ਆਪਸ ਚ ਸੋ ਐਦਾਂ ਦਾ ਮੈਨੂੰ ਕੋਈ ਲੱਗਦਾ ਨਹੀਂ ਕੋਈ ਵਿਸ਼ਾ ਜਿਹਦੇ ਤੇ ਗਾਣਾ ਨਾ ਲਿਖਿਆ ਜਾ ਸਕੇ ਸੋ ਪੂਰੇ ਵਰਸਟਾਈਲ ਨੇ ਬੰਟੀ ਬੈਂਸ ਹਾਂ ਪਰ ਉਹਨਾਂ 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 ਕੋ ਤਾਂ ਪ੍ਰੈਕਟਿਸ ਹੋ ਜਾਂਦੀ ਹੈ ਮੈਂ ਐ ਵੀ ਨਹੀਂ ਕਹਿੰਦਾ ਕਿ ਮੈਂ ਬਹੁਤ ਬਿਹਤਰੀਨ ਲਾਇਰ ਸਿਸਟੈਂਟ ਹਾਂ ਮਤਲਬ ਗੀਤ ਲਿਖ ਤੇ ਆਪ ਸਕਦੇ ਹੀ ਨਾ ਉਹ ਹੁਣ ਕਿੰਨਾ ਬਿਲਕੁਲ 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 ਕਿਹੜੇ ਗਾਇਕ ਦੀ ਆਵਾਜ਼ ਵਿੱਚ ਆਪਣੇ ਲਿਖੇ ਬੋਲ ਸੁੰਨਾ ਬੰਟੀ ਬੈਂਸ ਲਈ ਅੱਜ ਵੀ ਇੱਕ ਸੁਪਨਾ ਹੀ ਹੈ ਅੱਛਾ ਸੁਪਨਾ ਅੱਜ ਵੀ ਇਹ ਮੈਨੂੰ ਲੱਗਦਾ ਵੀ ਦੋ ਆਰਟਿਸਟ ਨੇ ਇਦਾਂ ਦੇ ਪਹਿਲਾ ਤਾਂ ਮੈਨੂੰ ਇਦਾਂ ਮਹਿਸੂਸ ਹੁੰਦਾ ਕਦੇ-ਕਦੇ ਯਾਰ ਕਿ ਕਾਸ਼ ਮੈਂ ਚਮਕੀਲੇ ਦੀ ਕੋਈ ਪੂਰੀ ਐਲਬਮ ਲਿਖੀ ਹੁੰਦੀ 8-10 ਗਾਣੇ ਮੈਂ ਲਿਖੇ ਹੁੰਦੇ ਚਮਕੀਲੇ ਨੇ ਉਹ ਕੰਪੋਜ਼ ਕਰਕੇ ਗਾਏ ਹੁੰਦੇ ਚਮਕੀਲੇ ਤੇ ਅਮਰਜੋਤ ਨੇ ਮੈਨੂੰ ਬੜਾ ਮਹਿਸੂਸ ਹੁੰਦਾ ਚਮਕੀਲੇ ਦੇ ਕਈ ਗਾਣੇ ਸੁਣ ਕੇ ਮੈਨੂੰ ਇਦਾਂ ਲੱਗਦਾ ਯਾਰ ਇਹ ਕਾਸ਼ ਗਾਣਾ ਮੈਂ ਲਿਖਿਆ ਹੁੰਦਾ ਇੰਨਾ ਉਹ ਤਰਜਾਂ ਤੇ ਐਨੇ ਸ਼ਬਦਾਵਲੀ ਉਹ ਮੈਨੂੰ ਵਧੀਆ ਲੱਗਦੇ ਨੇ ਗਾਣੇ ਉਹ ਤੇ ਦੂਜਾ ਗੁਰਦਾਸ ਮਾਨ ਸਾਹਿਬ ਨਾਲ ਮੈਂ ਸੋਚਦਾ ਕਿ ਮੈਂ ਕੋਈ ਗਾਣਾ ਲਿਖਾਂ ਤੇ ਉਹ ਗਾਉਣ ਮੈਂ ਉਹਨਾਂ ਨਾਲ ਕਲਾਬ ਕਰਾਂ ਕਦੇ ਉਮੀਦ ਕਰਨੇ ਆ ਕਿ ਤੁਹਾਡਾ ਦੂਜਾ ਜਿਹੜਾ ਸੁਪਨਾ ਉਹ ਪੂਰਾ ਹੋਏ ਜੇਤੀ ਔਨ ਐਨ ਐਵਰੇਜ ਕਿੰਨੇ ਟਾਈਮ ਵਿੱਚ ਇੱਕ ਗਾਣਾ ਲਿਖ ਲੈਂਦੇ ਨੇ ਬੰਟੀ ਬੈਂਸ ਜਿੰਨੇ ਟਾਈਮ ਦਾ ਗਾਣਾ ਹੁੰਦਾ ਗਾਨਾ ਦਾ 3-4 ਮਿੰਟ ਦਾ ਦਊ। 3-4 ਮਿੰਟ ਚ ਮੈਂ ਲਿਖ ਲੈਂਦਾ। ਬੜੇ ਵਾਰੀ ਇਹ ਤੇ ਲਿਖ ਕੇ ਵੇਖਿਆ ਹੈ ਪ੍ਰੈਕਟਿਸ। ਮਤਲਬ ਉਦਾਂ ਹੀ ਕਈ ਵਾਰੀ ਐਦਾਂ ਹੁੰਦਾ ਕਿ ਕੋਈ ਬੀਟ ਲਾਈ ਸਟੂਡੀਓ ਚ ਤੇ ਮੈਂ ਉਦਾਂ ਹੀ ਮਾਈਕ ਫੜ ਕੇ ਜਿੰਨੇ ਮਿੰਟ ਦਾ ਗਾਣਾ ਹੁੰਦਾ ਇੱਕ ਵਾਰ ਸਟਾਰਟ ਕਰਕੇ ਓਨੇ ਮਿੰਟ ਚ ਉਹਦੀ ਡੰਮੀ ਗਾਉਂਦੇ ਗਾਉਂਦੇ ਪੂਰਾ ਲਿਖਿਆ ਜਾਂਦਾ ਹੈ। ਓਕੇ ਐਂਡ ਮਤਲਬ ਅੱਜ ਤੱਕ ਦਾ ਜਿਹੜਾ ਤੁਹਾਡਾ ਸਭ ਤੋਂ ਲੰਮਾ ਗੀਤ ਜਿਹੜਾ ਮਤਲਬ ਜਿੰਨੂੰ ਲਿਖਣ ਤੇ ਤੁਸੀਂ ਸਭ ਤੋਂ ਜ਼ਿਆਦਾ ਟਾਈਮ ਲਾਇਆ ਹੋਵੇ। ਮੈਨੂੰ ਲੱਗਦਾ ਇਦਾਂ ਦਾ ਕੋਈ ਗਾਣਾ ਨਹੀਂ ਆ ਉਦਾਂ ਲੇਜੀ ਹੋ ਹੋ ਜਾਂਦਾ ਉਹ ਬਕਰੀ ਗੱਲ ਹੈ ਕਿ ਕਿਸੇ ਨੂੰ ਕੋਈ ਸਥਾਈ ਜਾਂ ਅੰਤਰਾ ਬਣਾ ਕੇ ਦਿੱਤਾ ਕੰਪਲੀਟ ਨਹੀਂ ਕਰਕੇ ਦਿੱਤਾ ਗਾਣਾ ਤੇ ਉਹ ਆਰਟਿਸਟ ਕਹੇ ਵੀ ਯਾਰ ਉਹ ਕੰਪਲੀਟ ਕਰ ਦੋ ਕਿਉਂਕਿ ਉਦਾਂ ਮੈਂ ਆਦਤ ਨਹੀਂ ਵੀ ਤੁਰਾ ਤੁਰਿਆ ਫਿਰਦਾ ਲਿਖਦਾ ਹੋਵਾਂ ਜਾਂ ਕੋਈ ਸਪੈਸ਼ਲ ਟਾਈਮ ਕੱਢਦਾ ਹੋਵਾਂ ਸੋ ਜਦ ਜ਼ਰੂਰਤ ਹੁੰਦੀ ਹੈ ਸਟੂਡੀਓ ਜਾ ਕੇ ਉਦਾਂ ਹੀ ਲਿਖੀਦਾ ਨਹੀਂ ਉਦਾਂ ਜਿਵੇਂ ਆਪਾਂ ਮੰਨ ਲਓ 3-4 ਮਿੰਟਾਂ ਜਿੰਨੇ ਵੀ ਇੱਕ ਗੋਚ ਲਿਖ ਲਿਆ ਪਰ ਕਈ ਵਾਰ ਇਹਦਾ ਲੱਗਦਾ ਕਿ ਆ ਗਾਣਾ ਹੋਰ ਟਾਈਮ ਮੰਗਦਾ ਮਤਲਬ ਹੋਰ ਇਰੇ ਤੇ ਮੈਂਤ ਮੰਗਦਾ ਮਤਲਬ ਇਰੇ ਤੇ ਮੈਨੂੰ ਹੋਰ ਜ਼ੋਰ ਲਾਣਾ ਚਾਹੀਦਾ ਕਿਉਂਕਿ ਇਹ ਸ਼ਾਇਦ ਬਹੁਤ ਵੱਡੀ ਚੀਜ਼ ਬਣ ਸਕਦੀ ਹੈ ਐਦਾਂ ਦਾ ਕਦੇ ਕਦੇ ਹੋਇਆ ਨਹੀਂ ਐਦਾਂ ਕਦੇ ਹੋਇਆ ਨਹੀਂ ਪਰ ਐਦਾਂ ਕਈ ਵਾਰੀ ਹੋ ਜਾਂਦਾ ਕਿ ਸਟੂਡੀਓ ਚ ਸਟੂਡੀਓ ਚ ਗਾਣਾ ਬਣਾਉਣ ਬੈਠੀਦਾ ਤੇ ਬਣਦਾ ਹੀ ਨਹੀਂ ਸ਼ੁਰੂ ਹੀ ਨਹੀਂ ਹੁੰਦਾ ਪਰ ਜੇ ਇੱਕ ਵਾਰੀ ਸ਼ੁਰੂ ਹੋ ਗਿਆ ਤੇ ਫਿਰ ਕੰਪਲੀਟ ਹੋ ਜਾਂਦਾ ਅੱਛਾ ਐਦਾਂ ਹੋਇਆ ਬੜੇ ਵਾਰੀ ਕਿ ਸ਼ੁਰੂ ਨਹੀਂ ਹੁੰਦਾ ਜਾਂ ਕਈ ਵਾਰੀ ਕਿਸੇ ਹੋਰ ਪਾਸੇ ਧਿਆਨ ਹੁੰਦਾ ਜਾਂ ਕਈ ਵਾਰੀ ਕੋਈ ਫੋਨ ਆਉਂਦੇ ਹੁੰਦੇ ਨੇ ਜਾਂ ਕਈ ਵਾਰੀ ਕੁਝ ਕੋਈ ਹੋਰ ਦਿਮਾਗ 'ਚ ਕੋਈ ਹੋਰ ਗੱਲ ਚੱਲਦੀ ਹੁੰਦੀ ਆ ਸੋ ਉਦੋਂ ਹੁੰਦਾ ਕਈ ਵਾਰੀ ਕਿ ਗਾਣਾ ਪੂਰਾ ਹੀ ਨਾ ਬਣੇ ਪਰ ਇਹ ਨਹੀਂ ਹੋਇਆ ਕਦੇ ਕਿ ਗਾਣਾ ਸ਼ੁਰੂ ਕਰ ਲਿਆ ਤੇ ਉਹ ਕੰਪਲੀਟ ਨਾ ਹੋਇਆ ਹੋਵੇ ਜਾਂ ਉਹਨੂੰ ਟਾਈਮ ਲੱਗੇ ਕੰਪਲੀਟ ਤੇ ਉਹਦਾ ਰੀਵਰਕ ਤੇ ਆਪਾਂ ਕਰ ਹੀ ਲੈਨੇ ਆ ਨਾ ਇੱਕ ਵਾਰ ਗਾਣਾ ਬਣਾਉਣ ਤੋਂ ਬਾਅਦ ਵੀ ਜੇ ਆਪਾਂ ਨੂੰ ਲੱਗਦਾ ਕਿ ਆਪਾਂ ਉਹ ਕਈ ਵਾਰੀ ਕਰ ਲਈਦਾ ਕਈ ਵਾਰੀ ਕਰ ਲਈਦਾ ਕਈ ਵਾਰੀ ਕੋਈ ਲਾਈਨਾਂ ਚੇਂਜ ਕਰ ਲਈਦੀਆਂ ਨੇ ਕਈ ਵਾਰੀ ਆਪ ਹੀ ਸੁਣ ਸੁਣ ਕੇ ਲੱਗਦਾ ਹੈ ਕਿ ਨਹੀਂ ਯਾਰ ਇਹਨੂੰ ਸਾਰੇ ਗਾਣੇ ੰਟਾ ਕੇ ਇਹਦੇ 'ਚ ਸਿਰਫ ਆਹ ਲਾਈਨ ਰੱਖ ਕੇ ਸਾਰਾ ਨਵਾਂ ਲਿਖ ਲਈਦਾ ਸਿਰਫ ਗਾਣੇ ਲਿਖ ਕੇ ਪੰਜਾਬੀ 뮤직 ਇੰਡਸਟਰੀ ਵਿੱਚ ਸਰਵਾਈਵ ਨਹੀਂ ਕੀਤਾ ਜਾ ਸਕਦਾ ਇਹ ਕਿਸੇ ਹੱਦ ਤੱਕ ਪਹਿਲਾਂ ਸੀਗਾ ਪਰ ਅੱਜ ਦੀ ਡੇਟ 'ਚ ਇਹਨੂੰ ਮੈਂ ਸੱਚ ਨਹੀਂ ਮੰਨਦਾ ਸਰਵਾਈਵ ਕੀਤਾ ਜਾ ਸਕਦਾ ਜੇ ਤੁਸੀਂ ਇੰਨੇ ਟੈਲੈਂਟਡ ਹੈਗੇ ਹੋ ਇੰਨੇ ਜਿਆਦਾ ਵਧੀਆ ਇੰਨੇ ਜਿਆਦਾ ਸੋਹਣੇ ਗਾਣੇ ਲਿਖਦੇ ਹੋ ਤੇ ਤੁਸੀਂ ਫਿਰ ਆਪਣੇ ਗਾਣਿਆਂ ਦੀ ਵੈਲਿਊ ਆਪ ਕਹਿ ਸਕਦੇ ਹੋ ਕਿ ਮੈਂ ਇਸ ਤਰੀਕੇ ਨਾਲ ਇਹ ਗਾਣੇ ਦਾ ਇਹ ਪ੍ਰਾਈਸ ਲੈਣਾ ਚਾਹਤਾਂ ਜਿਵੇਂ ਮੈਂ ਤਾਂ ਚਲੋ ਗਾਣੇ ਕਦੇ ਵੇਚੇ ਨਹੀਂ ਹੈਗੇ ਸੇਲ ਨਹੀਂ ਕਿਤੇ ਤੇ ਕਿਉਂਕਿ ਮੈਨੂੰ ਐਦਾਂ ਲੱਗਦਾ ਸੀਗਾ ਪਹਿਲਾਂ ਜਦੋਂ ਜਿਹੜੇ ਵੇਲੇ ਮੈਂ ਲਿਖਣਾ ਸ਼ੁਰੂ ਕੀਤਾ ਉਸ ਵੇਲੇ ਮੈਂ ਆਰਟੀਕਲ ਪੜ੍ਹਦਾ ਸੀਗਾ ਨਿਊਜ਼ਪੇਪਰ ਚ ਗੀਤਕਾਰਾਂ ਦੇ ਕਿ ਯਾਰ ਫਲਾਣੇ ਕਲਾਕਾਰ ਨੇ ਜਾਂ ਫਲਾਣੀ ਮਿਊਜ਼ਿਕ ਕੰਪਨੀ ਨੇ ਜਾਂ ਫਲਾਣੇ ਮਿਊਜ਼ਿਕ ਡਾਇਰੈਕਟਰ ਨੇ ਮੇਰੇ ਗਾਣਿਆਂ ਤੋਂ ਐ ਤਾ ਤਾ ਕਰਕੇ ਆ ਚੀਜ਼ਾਂ ਬਣਾ ਲਈਆਂ ਤੇ ਮੇਰਾ ਕੁਝ ਬਣਿਆ ਨਹੀਂ ਤੇ ਮੇਰੇ ਦਿਮਾਗ 'ਚ ਸੀਗਾ ਯਾਰ ਕਿ ਇਹ ਕਿਉਂ ਐਦਾਂ ਹੁੰਦਾ ਹੋਊਗਾ ਤਾਂ ਉਸ ਕਰਕੇ ਫਿਰ ਮੈਂ ਆਪਣੇ ਗਾਣੇ ਆਪੇ ਹੀ ਪ੍ਰੋਡਿਊਸ ਕਰਕੇ ਨੇ ਸ਼ੁਰੂ ਕੀਤੇ ਪ੍ਰੋਸੈਸ ਸਮਝਿਆ ਕਿ ਕਿਵੇਂ ਹੁੰਦਾ ਹੈ ਤੇ ਆਪੇ ਹੀ ਆਪਣੇ ਆਰਟਿਸਟ ਲਾਂਚ ਕਰਨੇ ਸ਼ੁਰੂ ਕੀਤੇ ਨਹੀਂ ਤੇ ਜਦੋਂ ਤੁਸੀਂ ਸ਼ੁਰੂ-ਸ਼ੁਰੂ 'ਚ ਤਾਂ ਤੁਸੀਂ ਦੂਜੇ ਆਰਟਿਸਟਾਂ ਨੂੰ ਵੀ ਦਿੱਤੇ ਹੋਣਗੇ ਨਾ ਸ਼ੁਰੂ-ਸ਼ੁਰੂ ਦੇ ਵਿੱਚ ਦੂਜੇ ਆਰਟਿਸਟਾਂ ਨੂੰ ਦਿੱਤੇ ਪਰ ਕੋਈ ਉਹ ਬਹੁਤੇ ਵੱਡੇ ਐ ਇਦਾਂ ਨਹੀਂ ਕਿ ਸਟਾਰ ਆਰਟਿਸਟਾਂ ਨੇ ਨਹੀਂ ਗਾਏ ਮੇਰੇ ਗਾਣੇ ਨਵੇਂ ਲੋਕਾਂ ਨੇ ਗਾਏ ਪਰ ਤੁਸੀਂ ਉਦੋਂ ਕੋਈ ਕੀਮਤ ਤਾਂ ਤੈਅ ਕੀਤੀ ਹੋएगी ਉਦਾਂ ਹੀ ਦਿੱਤੇ ਸੀ ਮੈਨੂੰ ਲੱਗਦਾ ਕੁਝ ਕੁ ਗਾਣੇ ਹੋਣਗੇ ਜਿਨ੍ਹਾਂ ਦੇ ਪੈਸੇ ਲਏ ਹੋਣਗੇ ਤੇ ਬਾਕੀ ਜ਼ਿਆਦਾ ਨਹੀਂ ਜਿਆਦਾ ਕੋਈ ਗਾਣੇ ਇਦਾਂ ਦੇ ਨਹੀਂ ਹੈਗੇ ਜਿਹੜੇ ਮੈਂ ਪੈਸੇ ਲਏ ਹੋਣ ਗਾਣਿਆਂ ਦੇ ਐਂਡ ਤੁਹਾਡੇ ਹਿਸਾਬ ਨਾਲ ਇੱਕ ਗਾਣੇ ਦੀ ਕੀਮਤ ਤੈਅ ਕਰਨ ਦਾ ਪੈਮਾਨਾ ਕੀ ਕੀ ਹੋਣਾ ਚਾਹੀਦਾ ਹੈ ਕੀ ਹੈ ਨਹੀਂ ਨਹੀਂ ਉਹ ਤੇ ਸਾਨੂੰ ਆਪਣੇ ਆਪ ਹੀ ਬਣਾਉਣਾ ਪੈਂਦਾ ਜਿਵੇਂ ਸਿੰਗਰ ਦੀ ਜਾਂ ਆਰਟਿਸਟ ਦੀ ਵੈਲਿਊ ਉਹਦੇ ਨੰਬਰਸ ਤੋਂ ਲੱਗ ਜਾਂਦੀ ਆ ਸੋਵੇਂ ਲੇਰਿਸਟ ਨੂੰ ਵੀ ਆਪਣੀ ਵੈਲਿਊ ਆਪੇ ਪਾਉਣੀ ਪੈਂਦੀ ਆ ਆਪੇ ਬਣਾਉਣੀ ਪੈਂਦੀ ਆ ਐਂਡ ਕਈ ਵਾਰ ਆਪਾਂ ਸਿਰਫ ਨਾਮ ਤੇ ਵੀ ਲਾਈਕ ਗਾਣੇ ਦੀ ਕੁਆਲਿਟੀ ਨਹੀਂ ਬਲਕਿ ਸਿਰਫ ਨਾਮ ਦੇ ਬੇਸਿਸ ਤੇ ਆਪਾਂ ਪ੍ਰਾਈਸ ਚਾਰਜ ਕਰਦੇ ਆ ਨਾਮ ਦੇ ਹਾਂ ਉਹ ਐਦਾਂ ਹੁੰਦਾ ਹੈ ਕਿ ਕਈ ਵਾਰੀ ਕਿਉਂਕਿ ਉਹ ਬੰਦੇ ਦਾ ਫਲੋ ਬਣਿਆ ਹੁੰਦਾ ਸੋ ਕਈ ਵਾਰੀ ਕਿਸੇ ਰਾਈਟਰ ਦੇ ਜਿਹੜੇ ਗਾਣੇ ਜਿੰਨੇ ਆ ਰਹੇ ਹੁੰਦੇ ਨੇ ਕਈ ਵਾਰੀ ਐਸਾ ਟਾਈਮ ਚੱਲਦਾ ਹੁੰਦਾ ਉਹ ਸਾਰੇ ਗਾਣੇ ਉਹ ਰਾਈਟਰ ਦੇ ਚੱਲਦੇ ਹੁੰਦੇ ਨੇ ਐਦਾਂ ਹੀ ਮਿਊਜ਼ਿਕ ਪ੍ਰੋਡਿਊਸਰਸ ਦਾ ਵੀ ਹੁੰਦਾ ਹੈ ਕਈ ਵਾਰੀ ਜਿਹੜੇ ਮਿਊਜ਼ਿਕ ਪ੍ਰੋਡਿਊਸਰ ਦਾ ਟਾਈਮ ਚੱਲਦਾ ਹੋਵੇ ਉਹ ਤੋਂ ਸਾਰੇ ਗਾਣੇ ਠੀਕ ਬਣਦੇ ਹੁੰਦੇ ਨੇ ਤੇ ਸਾਰੇ ਚੱਲਦੇ ਹੁੰਦੇ ਨੇ ਐਂਡ ਉਹ ਵੀ ਉਦਾ ਇੱਕ ਰੀਜ਼ਨ ਵੀ ਹੋ ਸਕਦਾ ਹੈ ਕਿਉਂਕਿ ਜਿਵੇਂ ਉਹਦੇ ਚਾਰ ਚੱਲ ਗਏ ਤੇ ਦੂਜੇ ਵੱਡੇ ਆਰਟਿਸਟ ਆਣੇ ਜਿਹੜੇ ਵਧੀਆ ਆਰਟਿਸਟ ਨਹੀਂ ਕਹ ਲੋ ਉਹਨਾਂ ਨੇ ਦੇਖਿਆ ਵੀ ਇਹ ਰੱਤੇ ਬੜੇ ਚੱਲ ਰਹੇ ਚਲੋ ਆਪਾਂ ਵੀ ਇਦਨਾਲ ਕਰਨੇ ਆ ਕਿਉਂਕਿ ਹੁਣ ਆਲਰੇਡੀ ਵਧੀਆ ਨੇ ਕੁਦਰਤੀ ਹੁੰਦਾ ਤੇ ਉਹ ਠੀਕ ਬਣਨ ਲੱਗ ਜਾਂਦੇ ਨੇ ਜਦੋਂ ਕਿਸੇ ਦੇ ਠੀਕ ਚੱਲਦੇ ਹੁੰਦੇ ਨੇ ਉਹ ਕੁਦਰਤ ਵੱਲੋਂ ਹੀ ਸਾਰੀਆਂ ਚੀਜ਼ਾਂ ਠੀਕ ਹੋਈ ਜਾਂਦੀਆਂ ਰਹਿੰਦੀਆਂ ਨੇ ਤੇ ਉਹ ਠੀਕ ਚੱਲਦੇ ਰਹਿੰਦੇ ਨੇ ਹਰ ਗੀਤਕਾਰ ਗਾਇਕ ਨਹੀਂ ਬਣ ਸਕਦਾ ट्रू অর ਫਾਲਸ ਇਹ ट्रू ਹੈ ਹਰ ਗੀਤਕਾਰ ਗਾਇਕ ਨਹੀਂ ਬਣ ਸਕਦਾ ਜਿਵੇਂ ਮੈਂ ਆਪਣੀ ਗੱਲ ਕਰਾਂ ਮੈਂ ਜਿਵੇਂ ਡੰਮੀਆਂਸ गा ਲੈਣਾ ਉਹਦੇ ਉੱਪਰ ਫਿਰ ਮਗਰੋਂ ਕਲਾਕਾਰ गा ਲੈਂਦਾ ਗਾਉਣਾ ਮੈਂਦਾ ਕਈ ਵਾਰੀ ਦੱਸ ਦਈਦਾ ਵੀ ਇਸ ਤਰੀਕੇ ਨਾਲ ਇਸ ਗਾਣੇ ਨੂੰ ਗਾਉਣਾ ਪਰ ਮੈਨੂੰ ਪਤਾ ਹੈ ਮੈਂ ਪਰਫਾਰਮਰ ਨਹੀਂ ਹੈਗਾ ਸੋ ਇਦਾਂ ਹੀ ਹਰ ਗੀਤਕਾਰ ਜਿਹੜਾ ਗਾਇਕ ਨਹੀਂ ਬਣ ਸਕਦਾ ਆ ਆਖਰੀ ਸਵਾਲ ਹੈ ਪਿਛਲੇ 10 ਸਾਲਾਂ ਵਿੱਚ ਸਿੱਧੂ ਮੂਸੇਵਾਲੇ ਜਿੰਨਾ ਵੱਡਾ ਕਲਾਕਾਰ ਪੰਜਾਬ ਵਿੱਚ ਪੈਦਾ ਨਹੀਂ ਹੋਇਆ ਜਿੰਨੇ ਇਸ ਵੇਲੇ ਸਿੱਧੂ ਦੇ ਜਿਹੋ ਨੰਬਰਸ ਨੇ ਜਾਂ ਉਹਦੀ ਫੋਲੋਇੰਗ ਦੇਖੀ ਹੈ ਆਪਾਂ ਜਿਵੇਂ ਗਲੋਬਲ ਉਹਨੂੰ ਜਾਣਦੇ ਨੇ ਜਾਂ ਸਾਡੇ ਪੰਜਾਬੀ 뮤직 ਨੂੰ ਉਹਦੇ ਕਰਕੇ ਜਾਣਦੇ ਨੇ ਤੇ ਬਿਲਕੁਲ ਸਹੀ ਗੱਲ ਹੈ ਸੋ ਥੀਸ ਵਰ ਦਾ ਨਾਈਨ ਕੁਐਸਚਨਸ ਥੈਂਕ ਯੂ ਵੈਰੀ ਮੱਚ ਬਹੁ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਲਈ ਥੈਂਕ ਯੂ